ਮੈਂ ਡੇਢ ਸਾਲ ਤੋਂ ਰਹਿ ਰਿਹਾ, ਮੈਂ ਇੱਥੇ ਤਬਲਾ ਸਿੱਖ ਰਿਹਾ, ਮੇਰੇ ਨਾਲ ਦੇ ਬੱਚੇ ਸਿੱਖ ਰਹੇ ਆ। ਇੱਥੇ ਸਾਂਭ ਸੰਭਾਲ ਵੀ ਬਹੁਤ ਵਧੀਆ ਹੁੰਦੀ, ਪੜ੍ਹਾਉਂਦੇ ਵੀ ਬਹੁਤ ਵਧੀਆ, ਖਾਣ ਪੀਣ ਨੂੰ ਬਹੁਤ ਵਧੀਆ ਮਿਲਦਾ। ਬਾਬਾ ਜੀ ਕਿਵੇਂ ਇੱਥੇ ਨਾਲ ਰਹਿੰਦੇ ਸਾਰੇ ਮਿਲ ਕੇ? ਬਾਬਾ ਜੀ ਨਾਲ ਸਾਰੇ ਵਧੀਆ ਰਹਿੰਦੇ ਆ ਮਿਲ ਕੇ। ਖਾਣ ਪੀਣ ਨੂੰ ਮਿਲਦਾ ਤਿੰਨ ਟਾਈਮ? ਖਾਣ ਪੀਣ ਨੂੰ ਮਿਲਦਾ ਤਿੰਨ ਟਾਈਮ। ਮਿਲਣ ਵੀ ਆਉਂਦੇ ਲੋਕੀ? ਹਾਂਜੀ। ਤੈਨੂੰ ਘਰੇ ਲਿਆਉਣ ਵਾਸਤੇ ਘਰੇ ਜਾਏਗਾ ਹੁਣ? ਦੋ ਤਿੰਨ ਦਿਨ ਜਾਊਂਗਾ। ਅੱਗੇ ਕੀ ਕਰਨਾ ਚਾਹੁੰਦਾ ਪੜ੍ਹ ਕੇ? ਅੱਗੇ ਤਬਲਾ ਵਜਾਉਣਾ ਚਾਹੁੰਦਾ। ਪੜ੍ਹਾਈ ਵੀ ਕਰਨੀ? ਪੜ੍ਹਾਈ ਕਰੇਗਾ ਕੀ? ਪੜ੍ਹਾਈ ਕਰੂੰਗਾ। ਹਾਂਜੀ, ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਹੈ ਜੀ, ਅਤੇ ਮੈਂ ਜੀ ਜ਼ਿਲ੍ਹਾ ਫਰੀਦਕੋਟ ਜੈਤੋ ਦੇ ਕੋਲ, ਮੇਰਾ ਪਿੰਡ ਰੋੜੀ ਕਪੂਰਾ ਜੀ, ਉੱਥੋਂ ਦਾ ਮੈਂ ਰਹਿਣ ਵਾਲਾ ਜੀ। ਅਤੇ ਪਹਿਲਾਂ ਮੈਨੂੰ ਜਾਣੀ ਕਿ ਜਦੋਂ ਮੇਰਾ ਜਨਮ ਹੋਇਆ ਸੀ, ਇਹਨਾਂ ਨੂੰ ਪਤਾ ਲੱਗ ਗਿਆ ਸੀ ਮਾਤਾ ਪਿਤਾ ਨੂੰ ਵੀ ਇਹ ਬਲਾਇੰਡ ਨੇ, ਨੇਤਰਹੀਣ ਅੱਖਾਂ ਤੋਂ। ਚਲੋ ਵਿਚਾਰੇ ਪਾਲਦੇ ਪੋਸਦੇ ਰਹੇ, 7 ਸਾਲ ਦੀ ਉਮਰ ਤੱਕ ਉਹਨਾਂ ਨੇ ਮੈਨੂੰ ਪਾਲਿਆ ਵੱਡਾ ਕੀਤਾ। ਔਰ ਉਸ ਤੋਂ ਬਾਅਦ ਫਿਰ ਜਦੋਂ ਇਹ ਸਕੂਲ ਵੀ ਮੈਨੂੰ ਲੈ ਕੇ ਗਏ ਸੀਗੇ ਉੱਧਰ ਪਿੰਡ ਦੇ ਹੀ, ਪਰ ਉਹ ਕਹਿੰਦੇ ਵੀ ਇਹ ਸਾਡੇ ਤੋਂ ਨਹੀਂ ਬੱਚਾ ਪੜ੍ਹਾਇਆ ਜਾਣਾ, ਵੀ ਸਾਡੇ ਤੋਂ ਇਹ ਬੱਚੇ ਨੇ ਦੋ ਭਰਾ ਜਿਹੜੇ ਸਾਡੇ ਬਾਰੇ ਕਿਹਾ ਵੀ ਨਹੀਂ ਪੜ੍ਹਾਏ ਜਾਣੇ। ਉਸ ਤੋਂ ਬਾਅਦ ਬਾਬਾ ਜੀ ਮਹਾਂਪੁਰਖ ਪਹਿਲਾਂ ਆਏ ਸੀਗੇ ਅਤੇ ਫਿਰ ਸਾਡੇ ਘਰ ਦੇ ਭੇਜਦੇ ਨਹੀਂ ਸੀਗੇ, ਕਹਿੰਦੇ ਵੀ ਨਹੀਂ ਜੀ ਇੱਦਾਂ ਨਹੀਂ ਭੇਜ ਸਕਦੇ ਅਸੀਂ, ਸਾਡੇ ਘਰ ਦੇ ਭੇਜਦੇ ਨਹੀਂ ਸੀਗੇ। ਅਤੇ ਉਸ ਤੋਂ ਬਾਅਦ ਇੱਕ ਮਾਤਾ ਜੀ ਸੀ ਇੱਧਰ ਪਿੰਡ ਨਰਾਇਣਗੜ੍ਹ ਸੋਈਆਂ ਨੇੜੇ, ਉਹਨਾਂ ਦੀ ਕਿਤੇ ਸਾਡੇ ਪਿੰਡ 'ਚ ਰਿਸ਼ਤੇਦਾਰੀ ਸੀਗੀ, ਉਹ ਮਾਤਾ ਜੀ ਫਿਰ ਆਪ ਨਾਲ ਗਏ ਵੀ ਚਲੋ ਇਹ ਬੱਚਿਆਂ ਦੀ ਜ਼ਿੰਦਗੀ ਬਣ ਜੂਗੀ, ਅਸੀਂ ਆਪਦੀ ਜ਼ਿੰਮੇਵਾਰੀ 'ਤੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ। ਅਤੇ ਫਿਰ ਬਾਬਾ ਜੀ ਮਹਾਂਪੁਰਖ ਆਪ ਮੈਨੂੰ ਲੈ ਕੇ ਆਏ ਸੀ ਸੰਨ 2011 ਦੇ ਵਿੱਚ। ਅਤੇ ਉਸ ਤੋਂ ਬਾਅਦ ਮੈਂ ਇੱਥੇ ਰਹਿ ਕੇ ਕੀਰਤਨ ਵਾਜਾ ਤਬਲਾ ਸਿੱਖਿਆ, ਬਾਣੀ ਯਾਦ ਕੀਤੀ ਮਹਾਰਾਜ ਦੀ ਕਿਰਪਾ ਨਾਲ, 12-13 ਬਾਣੀਆਂ ਕੰਠ ਨੇ, ਸਭ ਕੁਛ ਕੰਪਿਊਟਰ ਮੋਬਾਇਲ ਅਤੇ ਪੜ੍ਹਾਈ। ਮੈਂ ਕਦੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਮੈਂ ਕੰਪਿਊਟਰ ਵੀ ਚਲਾ ਸਕਦਾ ਜਾਂ ਮੋਬਾਇਲ ਵੀ ਚਲਾ ਸਕਦਾ, ਵੀ ਅਸੀਂ ਕੀਰਤਨ ਕਰ ਸਕਦੇ ਹਾਂ। ਅਸੀਂ ਇਹ ਗੱਲ ਸੋਚੀ ਹੋਈ ਨਹੀਂ ਸੀ, ਅਸੀਂ ਤਾਂ ਇਹ ਸੋਚਿਆ ਸੀ ਵੀ ਬਸ ਸੰਤਾਂ ਵੀ ਅਸੀਂ ਤਾਂ ਬਸ ਰੋਟੀਆਂ ਖਾਈ ਜਾਂਦੇ ਇੱਥੇ ਬੈਠੇ ਹਾਂ। ਪਰ ਜਦੋਂ ਬਾਹਰ ਨਿਕਲੇ ਮਹਾਂਪੁਰਸ਼ਾਂ ਨੇ ਕਈ ਵਿੱਦਿਆ ਪੜ੍ਹਾਈ ਸਾਨੂੰ, ਵਿੱਦਿਆ ਸਿਖਾਈ, ਉਸ ਤੋਂ ਬਾਅਦ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਹੌਲੀ ਹੌਲੀ ਸਾਰਾ ਕੁਛ ਪਤਾ ਲੱਗਿਆ। ਫਿਰ ਹੈਰਾਨੀਜਨਕ ਹੋਣ ਲੱਗੇ ਵੀ ਆਹ ਟੱਚ ਮੋਬਾਈਲ ਅਸੀਂ ਵੀ ਚਲਾ ਸਕਦੇ ਹਾਂ, ਸਾਡੇ 'ਚ ਵੀ ਇਹ ਹੈਗੀ ਟੈਲੈਂਟ ਸਾਡੇ 'ਚ ਵੀ ਹੈਗਾ। ਉਸ ਤੋਂ ਬਾਅਦ ਫਿਰ ਬ੍ਰੇਲ ਲਿਪੀ ਜਿਹੜੀ ਮੈਂ ਤੁਹਾਨੂੰ ਉੱਥੇ ਪੜ੍ਹ ਕੇ ਸੁਣਾਈ ਸੀਗੀ ਉਹ ਵੀ ਮੈਂ ਕੀਤੀ, ਕੰਪਿਊਟਰ ਦੀ ਪੜ੍ਹਾਈ ਵੀ ਕੀਤੀ, ਹੁਣ 10ਵੀਂ ਕਲਾਸ ਅੱਗੇ ਗਾਂ, ਪਲੱਸ ਟੂ ਭਰੀ ਹੈ, ਪਲੱਸ ਟੂ ਦੇ ਪੇਪਰ ਵੀ ਦੇਣੇ ਆ, ਅਤੇ ਬਾਣੀ ਜਾਣੀ ਕਿ ਹੋਰ ਕਾਫੀ ਕੁਛ। ਮਹਾਰਾਜ ਦੀ ਕਿਰਪਾ ਨਾਲ ਬਾਹਰ ਦੇ ਦੌਰੇ 'ਤੇ ਵੀ ਜਾ ਕੇ ਆਏ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹਾਂਗਕਾਂਗ ਦੇ ਵਿੱਚ, ਇਹ 4-5 ਦੇਸ਼ਾਂ ਦੇ ਵਿੱਚ ਵੀ ਜਾ, ਹੁਣ ਗਾਂ ਕਨੇਡਾ ਦਾ ਟੂਰ ਮਹਾਂਪੁਰਸ਼ ਅੱਗੇ ਮਹਾਰਾਜ ਬਾਬਾ ਜੀ ਕਹਿੰਦੇ ਸੀ ਵੀ ਲੈ ਕੇ ਚੱਲਾਂਗੇ। ਅਤੇ ਇਹ ਸਭ ਜੀ ਬਾਬਾ ਜੀ ਦੀ ਮਿਹਰ ਨਾਲ ਹੀ ਆ, ਕੀਰਤਨ ਦੀ ਮਿਹਰ ਨਾਲ। ਕਦੇ ਸੋਚਿਆ ਹੀ ਨਹੀਂ ਸੀ ਵੀ ਅਸੀਂ ਇੱਥੋਂ ਤੱਕ ਪਹੁੰਚ ਜਾਂਗੇ, ਘਰੇ ਬਹਿ ਕੇ ਬਸ ਉੱਦਾਂ ਹੀ ਗੁਆਂਢੀਆਂ ਦੇ ਘਰਾਂ 'ਚ ਤੁਰਿਆ ਫਿਰਨਾ। ਅੱਗੇ ਜੀ ਜ਼ਿੰਦਗੀ ਦੇ ਵਿੱਚ ਬਸ ਇਹੀ ਸੋਚਿਆ ਵੀ ਚੰਗੇ ਰਾਗੀ ਸਿੰਘ ਬਣਨਾ, ਪੜ੍ਹਾਈਆਂ ਕਰਕੇ ਆਪਣੀ ਸਰਕਾਰੀ ਨੌਕਰੀ ਕਰਨੀ, ਆਪਣੇ ਪੈਰਾਂ ਸਿਰ ਖੜਾ ਹੋਣਾ, ਅਤੇ ਜਿਸ ਤਰ੍ਹਾਂ ਸਾਨੂੰ ਕਿਸੇ ਨੇ ਹੱਥ ਫੜ ਕੇ ਸਿਖਾਇਆ ਅਸੀਂ ਵੀ ਕਿਸੇ ਨੂੰ ਗਾਂਹ ਸਿਖਾ ਸਕੀਏ, ਕਿਉਂਕਿ ਜਿਹੜਾ ਜਦੋਂ ਆਪਾਂ ਗੁਣ ਕਿਸੇ 'ਚ ਵੰਡਦੇ ਹਾਂ ਨਾ ਤਾਂ ਉਹ ਗੁਣ ਕਹਿੰਦੇ ਚੌਗਣਾ ਹੋ ਜਾਂਦਾ।
ਅਤੇ ਜਦੋਂ ਆਪਾਂ ਗੁਣ ਵੰਡਾਂਗੇ ਜਿਸ ਤਰ੍ਹਾਂ ਬਾਬਾ ਜੀ ਨੇ ਸੋਚਿਆ ਸੀ ਉਸੇ ਤਰ੍ਹਾਂ ਹੀ ਮੈਂ ਇਹ ਗੱਲ ਸੋਚੀ ਹੈ ਵੀ ਜਿਸ ਤਰ੍ਹਾਂ ਸਾਨੂੰ ਕਿਸੇ ਨੇ ਉਸਤਾਦਾਂ ਨੇ ਬਾਂਹ ਫੜ ਕੇ ਉਂਗਲਾਂ ਫੜ ਫੜ ਸਿਖਾਇਆ ਸਾਨੂੰ ਗੁਣ ਦਿੱਤਾ ਅਸੀਂ ਵੀ ਗਾਂ ਉਸ ਤਰ੍ਹਾਂ ਸਮਾਜ ਦੀ ਸੇਵਾ ਕਰ ਸਕੀਏ। ਇਹ ਸਾਨੂੰ 2029 ਮਾਰਚ ਨੂੰ 54 ਨਗਰਾਂ ਨੇ ਸਾਨੂੰ ਸੇਵਾ ਸੰਭਾਲੀ ਸੀ ਨਰਾਇਣਗੜ੍ਹ ਸੋਹੀਆਂ ਛੀਨੀਵਾਲ ਗਹਿਲਾਂ ਦਵਾਨੇ ਅਤੇ ਉਦੋਂ ਮੁੜ ਕੇ ਸ਼ੁਰੂ ਕੀਤਾ ਆਸ਼ਰਮ ਪਹਿਲਾਂ 3 ਕਮਰੇ ਅਸੀਂ ਆਪ ਜਿਹੜੇ ਬਾਹਰੋਂ ਕਨੇਡਾ ਤੋਂ ਇੰਗਲੈਂਡ ਤੋਂ ਜਾਣੀ ਸੇਵਾ ਕਰਕੇ ਕੀਰਤਨ ਦੀ ਸੇਵਾ ਕਰਨ ਜਾਂਦੇ ਸੀਗੇ ਜਿਹੜੀ ਸੇਵਾ ਸੰਗਤਾਂ ਦਿੰਦੀਆਂ ਸੀ ਉਹ ਸੇਵਾ ਪਹਿਲਾਂ ਆਪ ਸ਼ੁਰੂ ਕੀਤੀ ਇੱਥੇ 3 ਕਮਰੇ ਪਾਏ ਉਸ ਤੋਂ ਬਾਅਦ ਆਸਤਾ ਆਸਤਾ ਸੰਗਤਾਂ ਜੁੜਦੀਆਂ ਗਈਆਂ ਅਤੇ ਨਾਲ ਦੇ ਨਾਲ ਮੁੜ ਕੇ ਇਹ ਮੰਨਦਾ ਫੁਰਨਾ ਸੀ ਵੀ ਜਿੱਥੇ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਇਹ ਸੇਵਾ ਬਖਸ਼ਿਸ਼ ਕੀਤੀ ਆ ਅਤੇ ਜਿੱਦਾਂ ਸਾਨੂੰ ਕਿਸੇ ਨੇ ਰੋਟੀ ਪਾਇਆ ਵੀ ਅਸੀਂ ਵੀ ਇੱਦਾਂ ਕੋਈ ਭਲੇ ਦਾ ਕੰਮ ਕਰ ਸਕੀਏ ਫਿਰ ਅਸੀਂ ਇਹ ਨਾਲ ਯਤੀਮ ਬੱਚੇ ਨੇਤਰਹੀਣ ਬੱਚੇ ਜਾਂ ਵਿਕਲਾਂਗ ਇਹ ਬੱਚਿਆਂ ਨਾਲ ਆਸ਼ਰਮ ਸ਼ੁਰੂ ਕੀਤਾ ਜੀ। ਤੁਸੀਂ ਵੀ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇਹ ਸੋਚ ਰੱਖੀ ਕਿ ਇਸ ਤਰ੍ਹਾਂ ਆਸ਼ਰਮ ਸ਼ੁਰੂ ਕਰਨਾ ਜੀ? ਇੱਦਾਂ ਜੀ ਹੁਣ ਜਦੋਂ ਅਸੀਂ ਆਪ ਬ੍ਰਾਂਡ ਹੋਣ ਕਰਕੇ ਸਾਨੂੰ ਜਿੱਦਾਂ ਮੁਸ਼ਕਲਾਂ ਸਾਨੂੰ ਆਪ ਨੂੰ ਮੁਸ਼ਕਲਾਂ ਆਈਆਂ ਅਤੇ ਆਸ਼ਰਮ ਦੇ ਵਿੱਚ ਸੈਂਟਰ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਡਾਕਟਰ ਭਾਈ ਵੀਰ ਸਿੰਘ ਉੱਥੇ ਰਹਿ ਕੇ ਅਸੀਂ ਵਿੱਦਿਆ ਪ੍ਰਾਪਤ ਕੀਤੀ ਅਤੇ ਉੱਥੋਂ ਹੀ ਉਹਨਾਂ ਦੀ ਡਾਕਟਰ ਭਾਈ ਵੀਰ ਸਿੰਘ ਦੀ ਸੋਚ ਨੂੰ ਲੈ ਕੇ ਹੀ ਵੀ ਜਿੱਦਾਂ ਉਹਨਾਂ ਨੇ ਪਰਉਪਕਾਰ ਕੀਤੇ ਤਾਂ ਵਾਹਿਗੁਰੂ ਸਾਡੇ ਤੋਂ ਵੀ ਕੋਈ ਸੇਵਾ ਲਵੇ ਉਹ ਪਰਮਾਤਮਾ ਨੇ ਫਿਰ ਬਖਸ਼ਿਸ਼ ਕਰਕੇ ਇਸ ਸਥਾਨ 'ਤੇ ਸੇਵਾ ਜਰੂਰ ਮਹਾਰਾਜ ਨੇ ਲਈ ਆ। ਕਿੰਨਾ ਤੁਸੀਂ ਪੜ੍ਹੇ ਹੋ ਤੁਸੀਂ ਅੱਗੇ ਬੱਚਿਆਂ ਨੂੰ ਕਿੰਨਾ ਪੜ੍ਹਾਉਣਾ ਚਾਹੁੰਦੇ ਹੋ? ਦੇਖੋ ਜੀ ਸਾਡੇ ਮੌਕੇ 'ਤੇ ਮੈਂ 5 ਕਲਾਸਾਂ ਸਿਰ ਪੜ੍ਹਿਆ ਸੀ ਅਤੇ ਸਾਡੇ ਵੱਲੋਂ ਤਾਂ ਖੁੱਲ੍ਹੀ ਛੁੱਟੀ ਹੈ ਵੀ ਜਿੰਨਾ ਮਰਜ਼ੀ ਬੱਚੇ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕਰ ਸਕਣ ਸਾਡੇ ਵੱਲੋਂ ਪੂਰੀ ਖੁੱਲ੍ਹੀ ਛੁੱਟੀ ਹੈ ਪਰ ਬੱਚੇ ਇੰਟੈਲੀਜੈਂਟ ਹੋਣ ਬੱਚੇ ਪੜ੍ਹਨ ਵਾਲੇ ਹੋਣ ਕੋਈ ਬੱਚਿਆਂ ਦਾ ਕੋਈ ਲਾਂਭਾ ਨਾ ਹੋਵੇ ਸਾਨੂੰ। ਕੋਈ ਬੱਚੇ ਪੜ੍ਹ ਕੇ ਗਏ ਤੂੰ ਪਹਿਲਾਂ? ਹਾਂਜੀ ਹਾਂਜੀ ਬੱਚੇ ਇੱਥੇ ਸਿੱਖੇ ਗਏ ਆਪਣਾ ਮਨਦੀਪ ਸਿੰਘ ਆ ਹਾਂਗਕਾਂਗ ਗਿਆ ਬੱਚਾ ਅਤੇ ਉਹ ਪਲੱਸ 2 ਕਰਕੇ ਅਤੇ ਨਾਲ ਕੀਰਤਨ ਨੂੰ ਸਿੱਖ ਕੇ ਗਿਆ ਬੱਚਾ ਤਾਂ ਉੱਥੇ ਉਹਦੀ ਮੈਰਿਜ ਹੋ ਗਈ। ਇੱਥੇ ਬੱਚੇ ਜਿਵੇਂ ਤੁਸੀਂ ਦੇਖਿਆ ਜੀ ਬੱਚੇ ਕੁਛ ਮਨ ਬੁੱਧੀ ਜਾਂ ਬਲੈਂਕ ਦੇਖ ਨਹੀਂ ਸਕਦੇ ਇਹ ਬੱਚੇ ਕਿਵੇਂ ਇੱਥੇ ਆਉਂਦੇ ਨੇ ਲੈ ਕੇ ਆਉਂਦੇ ਹੋ ਕੋਈ ਛੱਡ ਕੇ ਜਾਂਦੇ ਜਾਂ ਤੁਸੀਂ ਆਪੀ? ਇੱਦਾਂ ਜੀ ਕਈ ਪਰਿਵਾਰ ਅਤੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਉੱਥੇ ਆਸ਼ਰਮ ਖੁੱਲ੍ਹਿਆ ਕਈ ਤਾਂ ਪਰਿਵਾਰ ਆਪ ਛੱਡ ਜਾਂਦੇ ਨੇ ਬਾਕੀ ਜੇ ਸਾਨੂੰ ਪਤਾ ਲੱਗੇ ਵੀ ਉਸ ਜਗ੍ਹਾ 'ਤੇ ਬੱਚਾ ਕੋਈ ਨੇਤਰਹੀਣ ਹੈਗਾ ਉਹਨਾਂ ਨੂੰ ਅਸੀਂ ਆਪ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ। ਹੁਣ 2 ਮਹੀਨੇ ਹੋ ਗਏ ਉਦੋਂ 2 ਬੱਚੇ ਸਾਡੇ ਕੋਲ ਆਏ ਨੇ ਜੈਤੋਂ ਤੋਂ ਕਿਉਂਕਿ ਇਹ ਉਹ ਬੱਚੇ ਪਹਿਲਾਂ ਇੱਥੇ ਆਪਣਾ ਹੈਗਾ ਗੰਗਾ ਨਗਰ ਆਸ਼ਰਮ ਹੈ ਉੱਥੇ ਬੱਚੇ ਰਹਿੰਦੇ ਸੀ ਉਹ ਤਾਂ ਉਹ ਬੱਚੇ ਦੱਸਦੇ ਸਾਨੂੰ 1 ਵਜੇ ਰੋਟੀ ਮਿਲਦੀ ਸੀ ਅਤੇ ਦੂਜੇ ਨੰਬਰ 'ਤੇ ਦਵਾਈ ਬੂਟੀ ਪੇਸਟ ਬੁਰਸ ਹਰ ਇੱਕ ਚੀਜ਼ ਸਾਨੂੰ ਆਪਦੀ ਲੈਣੀ ਪੈਂਦੀ ਸੀ ਮੁੱਲ ਅਤੇ ਇਸ ਕਰਕੇ ਉਹ ਬੱਚੇ ਮੁੜ ਕੇ ਨਵਾਂ ਕੋ ਆਸ਼ਰਮ ਭਾਲਦੇ ਸੀ ਜਿਹਨੂੰ ਪਤਾ ਲੱਗਿਆ ਸਾਨੂੰ ਫਿਰ ਉਹਨਾਂ ਬੱਚਿਆਂ ਨੂੰ ਅਸੀਂ ਇੱਥੇ ਲੈ ਕੇ ਆਏ ਹਾਂ ਉਹ ਬੱਚੇ ਹੁਣ ਪੂਰੇ ਖੁਸ਼ ਹੈ। ਕਿੰਨੇ ਕੁ ਬੱਚੇ ਨੇ ਕੀ ਬੱਚਿਆਂ ਨੂੰ ਕੀ ਕਿਸ ਕੀ ਕਿਵੇਂ ਇੱਥੇ ਰੱਖਿਆ ਜਾਂਦਾ ਕਿਵੇਂ ਪੜ੍ਹਾਇਆ ਜਾਂਦਾ ਕਿਵੇਂ ਖਵਾਇਆ ਜਾਂਦਾ ਜੀ? ਹਾਂ ਬੱਚਿਆਂ ਨੂੰ ਇੱਦਾਂ ਜੀ 4 ਵਜੇ ਬੱਚਿਆਂ ਨੂੰ ਉਠਾਈ ਦਾ 4 ਵਜੇ ਤੋਂ ਬਾਅਦ ਫਿਰ ਬੱਚੇ ਦਰਬਾਰ 'ਚ ਇਸ਼ਨਾਨ ਪਾਣੀ ਕਰਕੇ ਦਰਬਾਰ 'ਚ ਜਾਂਦੇ ਆ ਕੀਰਤਨ ਤੋਂ ਬਾਅਦ 'ਚ ਫਿਰ ਮੁੜ ਕੇ ਬੱਚਿਆਂ ਦੀ ਸੰਸਥਾ ਦੀ ਕਲਾਸ ਲੱਗਦੀ ਹੈ ਉਸ ਤੋਂ ਬਾਅਦ ਮੁੜ ਕੇ ਬੱਸ 'ਤੇ ਬੱਚੇ ਜਿਹੜੇ ਨੋਰਮਲ ਬੱਚੇ ਆ ਉਹ ਦੀਵਾਨੇ ਪਿੰਡ ਵਿੱਚ ਜਾਂਦੇ ਸਕੂਲ ਪੜ੍ਹਨ ਵਾਸਤੇ ਜਿਹੜੇ ਨੇਤਰਹੀਣ ਬੱਚੇ ਨੇ ਉਹ ਇੱਥੇ ਹੀ ਉਹਨਾਂ ਦੀ ਕਲਾਸ ਲਾਈ ਜਾਂਦੀ ਹੈ ਕੰਪਿਊਟਰ ਦੀ ਬਰੇਲ ਦੀ
ਅਤੇ ਹੋਰ ਵਾਜਾ ਤਬਲਾ ਉਹਨਾਂ ਬੱਚਿਆਂ ਨੂੰ ਇੱਥੇ ਸਿਖਾਇਆ ਜਾਂਦਾ। ਅਤੇ ਖਾਣ ਪੀਣ ਦਾ ਬੰਦੋਬਸਤ ਕਿਵੇਂ? ਖਾਣ ਪੀਣ ਦਾ ਇੱਦਾਂ ਜੀ, ਜਾਣੀ ਪਹਿਲਾਂ ਸਵੇਰੇ ਜਦੋਂ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਇੱਥੋਂ ਪ੍ਰਸ਼ਾਦੇ ਛਕਾ ਕੇ ਪਰੌਂਠੇ ਛਕਾ ਕੇ ਫਿਰ ਸਕੂਲ ਭੇਜੀਦਾ। ਆ ਕੇ ਫਿਰ ਬੱਚੇ ਇੱਥੇ ਪ੍ਰਸ਼ਾਦਾ ਦੋ ਜਾ ਕੇ ਫਿਰ ਪ੍ਰਸ਼ਾਦਾ ਛਕਦੇ ਬੱਚੇ, ਅਤੇ ਚਾਹ ਪਾਣੀ ਜਿੰਨੀ ਵਾਰ ਮਰਜ਼ੀ ਬਦਲ ਜਦੋਂ ਬੱਚਿਆਂ ਨੂੰ ਜ਼ਰੂਰਤ ਹੈ ਉਦੋਂ ਹੀ ਛਕ ਸਕਦੇ ਆ। ਕਿਸ ਤਰ੍ਹਾਂ ਇਹਦਾ ਸੰਸਥਾ ਦਾ ਖਰਚਾ ਚੱਲਦਾ ਅਤੇ ਕਿਸ ਤਰ੍ਹਾਂ ਲੋਕਾਂ ਦਾ ਸਾਥ? ਇੱਦਾਂ ਹੀ ਚਾਰੇ ਨਗਰਾਂ ਦੀਆਂ ਸੰਗਤਾਂ ਜਾਣੀ ਬਹੁਤ ਸਹਿਯੋਗ ਦੇ ਰਹੀਆਂ ਨੇ। ਬਾਕੀ ਜਿਹੜੇ ਮਾਇਕ ਤੌਰ 'ਤੇ ਜਿਹੜੇ ਬਾਹਰਲੀਆਂ ਕੰਟਰੀਆਂ ਜਿਹੜੇ ਵੀਰ ਜਿਹਨਾਂ ਨੂੰ ਪਤਾ ਲੱਗਦਾ ਕਿ ਵਾਕਈ ਉੱਥੇ ਪੈਸੇ ਦੀ ਲੋੜ ਹੈ, ਕਿ ਵਧੀਆ ਕੰਮ ਚੱਲ ਰਿਹਾ, ਉਹ ਗਰਾਉਂਡ ਪੈਰੇ ਸਹਾਇਤਾ ਕਰਦੇ ਆ। ਲੋਕ ਇੱਦਾਂ ਵੀ ਆਉਂਦੇ ਨੇ ਇੱਥੇ ਜਿਹੜੇ ਆਪਦੀ ਖੁਸ਼ੀ ਮਨਾਉਣ ਆਉਂਦੇ, ਕੋਈ ਜਨਮ ਦਿਨ? ਬਿਲਕੁਲ ਜੀ ਹਾਂ, ਜਦੋਂ ਕੋਈ ਬੱਚੇ ਦਾ ਕਿਸੇ ਦਾ ਜਨਮ ਦਿਨ ਹੁੰਦਾ ਉਹ ਇੱਥੇ ਬੱਚੇ ਦੇ ਆਪਦਾ ਜਨਮ ਦਿਨ ਬੱਚਿਆਂ ਦਾ ਇੱਥੇ ਮਨਾਉਂਦੇ ਬੱਚਿਆਂ ਦੇ ਵਿੱਚ, ਕਹਿੰਦੇ ਸਾਨੂੰ ਬੜਾ ਸਕੂਨ ਮਿਲਦਾ ਇੱਦਾਂ ਬੱਚਿਆਂ ਦੇ ਵਿੱਚ ਜਦੋਂ ਅਸੀਂ ਬੱਚਿਆਂ ਦੇ ਨਾਲ ਖੁਸ਼ੀ ਸਾਂਝੀ ਕਰਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। ਤੁਹਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਬੱਚਿਆਂ ਦਾ ਤੁਹਾਨੂੰ ਪਿਆਰ ਮਿਲਦਾ ਹੈ? ਬਿਲਕੁਲ ਜੀ, ਬੱਚਿਆਂ ਨੂੰ ਅਸੀਂ ਤਾਂ ਜਦੋਂ ਵੱਧ ਤੋਂ ਵੱਧ ਕੋਸ਼ਿਸ਼ ਕਰੀ ਦੀ ਬੱਚੇ ਵੱਧ ਤੋਂ ਵੱਧ ਖੁਸ਼ ਰਹਿਣ, ਕੋਈ ਵੀ ਚੀਜ਼ ਦੀ ਇਹਨਾਂ ਨੂੰ ਲੋੜ ਹੁੰਦੀ ਹੈ ਅਤੇ ਆਪਦੇ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਕਿੰਨੇ ਕੁ ਬੱਚਿਆਂ ਨੂੰ ਟੋਟਲ ਤੁਹਾਡੇ ਕੋਲ? ਤਕਰੀਬਨ 50 ਦੇ ਕਰੀਬ ਹੈਗੇ। ਹੋਰ ਵੀ ਲੋਕ ਅਪਰੋਚ ਕਰਦੇ ਹੋਣਗੇ ਕਿ ਹੋਰ ਕਿਸੇ ਦੀ ਪਤਾ ਲੱਗਦਾ ਹੋਊਗਾ, ਪਰ ਉਹਨਾਂ ਨੂੰ ਲਿਆਉਣ ਜਾਂ ਸੰਸਥਾ 'ਚ ਉਨੀ ਕੁਐਸਟੀ ਨਹੀਂ ਕਿ ਜਾਂ ਮਰਗੀ ਇੰਨੀ ਕਿਲੋਮੀਟਰ? ਹਾਂਜੀ, ਦੋ ਹੀ ਗੱਲਾਂ ਨੇ ਜੀ। ਇੱਦਾਂ ਦੀ ਕੋਸ਼ਿਸ਼ ਕਰੀ ਦੀ ਚਲੋ ਵੱਧ ਤੋਂ ਵੱਧ ਬੱਚੇ ਇੱਥੇ ਰਹਿ ਕੇ ਵਿਦਿਆ ਪ੍ਰਾਪਤ ਕਰਨ, ਪਰ ਕਈ ਵਾਰੀ ਇੱਦਾਂ ਹੋ ਜਾਂਦਾ ਵੀ ਇਸ ਜਿੱਦਾਂ ਕੋਈ ਕਮਰਿਆਂ ਦੀ ਘਾਟ ਹੋ ਜਾਂਦੀ ਆ ਅਤੇ ਕਈ ਗੱਲਾਂ ਸੋਚਣੀਆਂ ਪੈਂਦੀਆਂ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਬੱਚਾ ਜ਼ਿਆਦਾ ਕੋਈ ਲੋੜਵੰਦ ਆ ਤਾਂ ਉਹਨੇ ਉਸੇ ਰੱਖਦੇ ਹੀ ਹਾਂ ਜੀ। ਕੋਈ ਬੱਚੇ ਕੋਈ ਪੜ੍ਹਨ ਵਾਲੇ ਹੁੰਦੇ ਉਹਨਾਂ ਨੂੰ ਜਿਵੇਂ ਬਾਹਰ ਸਕੂਲ ਕਾਲਜਾਂ 'ਚ ਵੀ ਉਹ ਖਰਚੇ ਵੀ ਐਕਸਟਰਾ ਕੀਤੇ ਜਾਂਦੇ? ਬਿਲਕੁਲ ਜੀ ਬਿਲਕੁਲ, ਵਰਦੀਆਂ ਦਾ ਖਰਚਾ, ਦਵਾਈ ਬੂਟੀ ਦਾ, ਕਿਤਾਬਾਂ ਦਾ, ਹਰ ਚੀਜ਼ ਖਰਚਾ ਜਿਹੜਾ ਇਹ ਬੱਚਿਆਂ ਦਾ ਕੀਤਾ ਜਾਂਦਾ ਸੰਸਥਾ ਵੱਲੋਂ। ਤੁਹਾਡੇ ਵੱਲੋਂ ਕੋਈ ਅਪੀਲ ਲੋਕਾਂ ਨੂੰ ਜੀ? ਅਪੀਲ ਤਾਂ ਇਹੀ ਜੀ, ਸਭ ਤੋਂ ਵੱਡੀ ਜਿਹੜੀ ਸਮੱਸਿਆ ਸਾਨੂੰ ਇਹੀ ਆ ਰਹੀ ਹੈ ਵੀ ਜਿੱਦਾਂ ਆਪਣਾ ਟੀਚਰਾਂ ਨੂੰ ਤਨਖਾਹਾਂ ਦਿੰਦੇ ਹਾਂ, ਇਹ ਸਭ ਤੋਂ ਵੱਡੀ ਜਾਣੀ ਸਾਨੂੰ ਮੁਸ਼ਕਲ ਆਉਂਦੀ ਹੈ, ਕਿਉਂਕਿ ਜੇ ਟੀਚਰ ਚੰਗੇ ਰੱਖਾਂਗੇ, ਚੰਗੇ ਜਿਹੜੇ ਟੀਚਰ ਨੇ ਉਹ ਤਨਖਾਹਾਂ ਵੀ ਭਾਲਦੇ ਨੇ, ਤੁਹਾਨੂੰ ਪਤਾ ਮਹਿੰਗਾਈ ਬਹੁਤ ਜ਼ਿਆਦਾ ਅੱਜ ਕੱਲ੍ਹ, ਇਸ ਕਰਕੇ ਜੇ ਚੰਗੇ ਟੀਚਰ ਰੱਖਾਂਗੇ ਤਾਂ ਬੱਚਿਆਂ ਦੀ ਲਾਈਫ ਚੰਗੀ ਬਣੂਗੀ। ਉਹਨਾਂ ਵਾਸਤੇ ਜਾਣੀ ਮਾਇਆ ਬਹੁਤ ਜ਼ਰੂਰੀ ਆ, ਕਿਉਂਕਿ ਮਾਇਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਮਾਇਆ ਲਿਆ ਕੇ ਦਿਓ, ਅਸੀਂ ਕਹਿੰਦੇ ਵੀ ਆਪਦੇ ਹੱਥੀਂ ਤੁਸੀਂ ਮਾਇਆ ਟੀਚਰਾਂ ਨੂੰ ਦਿਓ। ਇੱਥੇ ਆਪਣਾ ਸਾਰਾ ਹਿਸਾਬ ਕਿਤਾਬ ਇੱਥੇ ਦਫ਼ਤਰ ਦੇ ਵਿੱਚ ਹੁੰਦਾ ਵਾ, ਹਰ ਮਹੀਨੇ ਦੇ ਮਹੀਨੇ ਜੋ ਵੀ ਖਰਚਾ ਜਾਂ ਆਮਦਨ, ਉਹ ਸਾਡੇ ਕਮੇਟੀ ਵਾਲੇ ਗੁਰਮੁਖ ਪਿਆਰੇ ਸਾਡੇ ਨਾਲ ਜਿਹੜੇ ਸਹਿਯੋਗ ਦੇ ਰਹੇ ਨੇ ਉਹ ਹਰ ਮਹੀਨੇ ਜਾਣੀ ਸਾਰਾ ਹਿਸਾਬ ਕਿਤਾਬ ਕਰਦੇ ਆ। ਅਤੇ ਤੁਸੀਂ ਆਪਦੇ ਹੱਥੀਂ ਕੋਈ ਵੀ ਸੇਵਾ, ਹੋਰ ਵੀ ਕੋਈ ਸੇਵਾ ਕਰਨੀ ਚਾਹੋ ਤਾਂ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ, ਆਪਦੇ ਹੱਥੀਂ ਸੇਵਾ ਕਰ ਸਕਦੇ ਹੋ। ਤੇਜਿੰਦਰ ਸਿੰਘ ਸਰਪੰਚ ਆ ਜੀ, ਪਿੰਡ ਨਾਰਾਇਣਗੜ੍ਹ ਸੋਹੀਆਂ। ਇਹ 23-24 ਸਾਲ ਹੋ ਗਏ ਜੀ ਬਣਿਆ ਹੋਏ, ਤਾਂ ਇੱਥੇ ਆਜ਼ਾਦ ਜੀ ਜਗ੍ਹਾ ਪਈ ਸੀਗੀ ਅਤੇ ਇੱਥੇ ਬਾਬਾ ਸੂਬਾ ਸਿੰਘ ਜੀ ਆ ਕੇ ਕੀ ਕਹਿੰਦੇ ਉਹਨਾਂ ਨੇ ਇਹ ਕਰੀ ਆਬਾਦ, ਸਾਰਾ ਗੁਰਦੁਆਰਾ ਸਾਹਿਬ ਪਾਇਆ। ਇਹ ਸੰਯੋਗ ਕੀ ਕਹਿੰਦੇ ਸਾਰੇ ਪਿੰਡਾਂ ਦਾ, ਇਹਨਾਂ ਵੀਰਾਂ ਦਾ ਕੀ ਕਹਿੰਦੇ ਸਾਰਿਆਂ ਦਾ ਹੋ ਕੇ, ਫਿਰ ਉਦੋਂ ਬਾਅਦ ਕੀ ਕਹਿੰਦੇ ਆ ਮਨਾਖੇ ਬੱਚੇ ਹੋਰ ਕੀ ਕਹਿੰਦੇ ਬੁੱਧੀ ਉਹਨਾਂ ਨੂੰ ਕੀ ਕਹਿੰਦੇ ਇੱਥੇ ਕੋਈ ਕਿਹਨਾਂ ਦਾ ਕੋਈ ਸਹਾਰਾ ਨਹੀਂ, ਮਾਂ ਪਿਓ ਨਹੀਂ ਗਾ ਕਿਸੇ ਦਾ, ਉਹ ਇੱਥੇ ਬੱਚੇ ਛੱਡ ਜਾਂਦੇ ਆ।
ਅਤੇ ਹੋਰ ਵੀ ਲੈ ਆਉਂਦੇ ਆ ਕਿੱਥੋਂ ਕੀ ਕਹਿੰਦੇ ਆ ਕਹਿ ਦਿੰਦੇ ਆ ਦੂਰੋਂ ਨੇੜਿਓਂ ਕੋਈ ਬੱਚਾ ਕਿਤੇ ਕੋਈ ਫਿਰਦਾ ਹੁੰਦਾ ਜਾਂ ਹੋਰ ਵੀ ਆ ਵੱਡੀ ਉਮਰ ਦੇ ਵੀ ਹੈਗੇ ਆ ਜੀ ਉਹਨਾਂ ਨੂੰ ਸਾਰਾ ਇਹੀ ਦੇਖ ਰੇਖ ਸੂਬਾ ਸਿੰਘ ਬਾਬਾ ਦੀ ਦੇਖ ਰੇਖ ਹੇਠਾਂ ਸਾਰਾ ਕੰਮ ਹੁੰਦਾ ਜੀ ਕਿਸ ਤਰ੍ਹਾਂ ਦੀ ਇੱਥੇ ਸੇਵਾਵਾਂ ਕਿਸ ਤਰ੍ਹਾਂ ਦਾ ਇੱਥੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਬੱਚੇ ਜਾਂ ਬਜ਼ੁਰਗ ਲਿਆਉਂਦੇ ਜਾਂਦੇ ਕਿਵੇਂ ਲਿਆਉਂਦੇ ਗਏ ਨੇ ਕਿਸ ਤਰ੍ਹਾਂ ਨਾਲ ਪਾਲਿਆ ਜਾਂਦਾ ਇਹ ਬਜ਼ੁਰਗ ਜਾਂ ਬੱਚੇ ਕੀ ਕਹਿੰਦੇ ਆ ਕਈਆਂ ਦੇ ਤਾਂ ਮਾਂ ਪਿਓ ਨਹੀਂ ਹੁੰਦੇ ਜੀ ਉਹ ਇੱਥੇ ਸੜ ਜਾਂਦੇ ਆ ਜੀ ਬੱਚਿਆਂ ਨੂੰ ਕਈਆਂ ਨੂੰ ਕਿਤੇ ਦੂਰੋਂ ਨੇੜੋਂ ਦੱਸ ਦਿੰਦੇ ਆ ਕੀ ਕਹਿੰਦੇ ਆ ਕੋਈ ਹੈ ਨਹੀਂ ਗਾ ਆਪਣਾ ਇੱਥੇ ਪਿੰਡ 'ਚ ਫਿਰਦਾ ਵਾ ਉੱਥੋਂ ਲਿਆ ਕੇ ਬਜ਼ੁਰਗ ਵੀ ਆ ਕੀ ਕਹਿੰਦੇ ਆ ਅਤੇ ਬੱਚੇ ਵੀ ਆ ਇੱਥੋਂ ਫਿਰ ਪੜ੍ਹ ਕੇ ਕਹਿੰਦੇ ਆ ਸੈੱਟ ਵੀ ਹੋ ਗਏ ਕੀ ਕਹਿੰਦੇ ਆ ਕੋਈ ਕੀਰਤਨ ਕਰਨ ਲੱਗ ਗਿਆ ਕੋਈ ਪਾਠੀ ਬਣ ਗਿਆ ਅਤੇ ਗੁਰਦੁਆਰਾ ਸਾਹਿਬ 'ਚ ਗਾਹਾਂ ਵੀ ਬੱਚੇ ਪੜ੍ਹਦੇ ਆ ਕੀ ਕਹਿੰਦੇ ਆ ਇਹ ਸਾਰਾ ਪੜ੍ਹਾਉਂਦੇ ਆ ਬਾਬਾ ਸੂਬਾ ਸਿੰਘ ਜੀ ਇਹਨਾਂ ਦਾ ਇੱਥੇ ਕੀ ਕਹਿੰਦੇ ਆ ਸਾਰਾ ਲੰਗਰ ਪਾਣੀ ਹੋਰ ਬਹੁਤ ਵਧੀਆ ਕੀ ਕਹਿੰਦੇ ਆ ਸਾਰਾ ਰੋਟੀ ਪਾਣੀ ਸਾਰਾ ਚੱਲਦਾ ਜੀ ਇੱਥੇ ਕਿੰਨੇ ਕਿੱਥੇ ਬੱਚੇ ਨੇ ਕਿੰਨੇ ਕਿੱਥੇ ਸੇਵਾਵਾਂ ਨੇ 50 ਕੁ ਬੱਚੇ ਆ ਜੀ ਇੱਥੇ ਸਾਰੇ 50-55 ਬੱਚੇ ਆ ਜੀ ਇੱਥੇ ਕਿਵੇਂ ਸਾਰੇ ਪਿੰਡ ਵਾਲੇ ਸਾਥ ਕਿਵੇਂ ਦਿੰਦੇ ਨੇ ਜੀ ਸਾਥ ਕਮੇਟੀ ਬਣੀ ਵੀ ਆ ਜੀ ਇੱਥੇ ਸਾਰੇ ਪਿੰਡਾਂ ਦੀ ਗਲਾਂ ਦੇ ਵੀ ਬੰਦੇ ਵਿੱਚ ਪਾਏ ਵੇ ਆ ਕਮੇਟੀ ਦੇ ਨਰਾਇਣਗੜ੍ਹ ਸੋਹੀਆਂ ਦੇ ਦਮਾਨਿਆਂ ਦੇ ਸੀਨੀਆਲ ਖੁਰਦ ਦੇ ਇਹ ਸਾਰੇ ਪਿੰਡ ਸਹਿਯੋਗ ਦਿੰਦੇ ਆ ਉਦੋਂ ਬਾਅਦ ਹੋਰ ਵੀ ਦੂਰੋਂ ਨੇੜਿਓਂ NR ਵੀਰ ਸਾਰੇ ਕੀ ਕਹਿੰਦੇ ਸਹਿਯੋਗ ਦਿੰਦੇ ਆ ਕਿਸ ਤਰ੍ਹਾਂ ਲੋਕ ਇੱਥੇ ਆਪਣੀ ਖੁਸ਼ੀ ਮਨਾਉਣ ਆਉਂਦੇ ਆ ਵਿਆਹ ਸੁੱਖ ਦੀ ਜਿਵੇਂ ਇੱਥੇ ਬੱਚਿਆਂ ਨਾਲ ਹਾਂਜੀ ਹਾਂ ਇੱਥੇ ਕੀ ਕਹਿੰਦੇ ਆ ਅਖੰਡ ਪਾਠ ਵੀ ਲੜੀਵਾਰੀ ਕੀ ਕਹਿੰਦੇ ਚੱਲਦੇ ਰਹਿੰਦੇ ਆ ਕੋਈ ਸੁੱਖ ਕਿਸੇ ਦੀ ਪੂਰੀ ਹੋ ਜਾਂਦੀ ਆ ਜੀ ਕੀ ਕਹਿੰਦੇ ਆ ਉਹ ਅਖੰਡ ਪਾਠ ਕਰਾ ਕੇ ਜਾਂਦੇ ਆ ਹੋਰ ਵੀ ਕੀ ਕਹਿੰਦੇ ਇੱਥੇ ਕੋਈ ਲੰਗਰ ਲਾ ਕੇ ਜਾਂਦੇ ਆ ਹਾਂਜੀ ਇੱਥੇ ਤਾਂ ਕਿਵੇਂ ਕੋਈ ਦਿਵਾਲੀ ਆ ਕੋਈ ਦੁਸਹਿਰਾ ਜਾਂ ਕੋਈ ਵੀ ਤਿਉਹਾਰ ਆ ਕੋਈ ਲੋਹੜੀ ਆ ਸਾਰੇ ਕੀ ਕਹਿੰਦੇ ਦੂਰੋਂ ਦੂਰੋਂ ਆ ਕੇ ਕੀ ਕਹਿੰਦੇ ਆ ਇਹਨਾਂ ਦੇ ਨਾਲ ਹੀ ਕੀ ਕਹਿੰਦੇ ਆ ਦਿਵਾਲੀ ਵਾਲੇ ਦਿਨ ਸਾਰੇ ਬੰਦੇ ਆ ਕੇ ਦੂਰੋਂ ਕੋਈ ਬਰਨਾਲਿਓਂ ਆ ਗਏ ਜੀ ਕੋਈ ਨਿਹਾਲ ਸਿੰਘ ਵਾਲਿਆਂ ਤੋਂ ਦੂਰੋਂ ਦੂਰੋਂ ਸਾਡੇ ਨਰਾਇਣਗੜ੍ਹ ਸੋਹੀਆਂ ਅਤੇ ਸਾਰੇ ਪਿੰਡ ਇਹਨਾਂ ਦੇ ਨਾਲ ਹੀ ਮਿਲ ਕੇ ਕੀ ਕਹਿੰਦੇ ਆ ਉਦੇ ਸਾਰੇ ਮਨਾਉਂਦੇ ਆ ਜੀ ਤਿਉਹਾਰ ਇਹਨਾਂ ਦੇ ਨਾਲ ਕੋਈ ਹੋਰ ਵੀ ਕੀ ਕਹਿੰਦੇ ਇਹਨਾਂ ਨੂੰ ਸੇਵਾ ਹੋਰ ਲੰਗਰ ਲੁੰਗਰ ਲਾ ਕੇ ਸਾਰਾ ਕੋਈ ਕਿਤਾਬਾਂ ਤਬਲਾ ਸਾਰਾ ਕੁਛ ਹੀ ਦੇ ਕੇ ਜਾਂਦੇ ਆ ਜੀ ਇਹਨਾਂ ਨੂੰ ਲਾ ਮਿਠਾਈਆਂ ਮਿਠਾਈਆਂ ਸਾਰਾ ਕੁਛ ਜੀ ਤੁਸੀਂ ਕਿੰਨੇ ਚਿਰ ਤੁਸੀਂ ਸਰਪੰਚ ਰਹੇ ਹੋ ਅਤੇ ਕਿਵੇਂ ਤੁਸੀਂ ਤੁਹਾਡੀ ਸੇਵਾਵਾਂ ਕਿੰਨੀ ਕਿਸ ਤਰ੍ਹਾਂ ਇੱਥੇ ਰਹੀਆਂ ਜੀ ਆਹ ਕਿਹੜੀ ਸੜਕ ਬਣੀ ਵੀ ਆ ਜੀ ਇਹ ਵੀ ਮੇਰੀ ਸਰਪੰਚੀ 'ਚ ਹੀ ਬਣੀ ਆ ਜੀ ਕੀ ਕਹਿੰਦੇ ਇੱਥੇ ਮੈਂ 3 ਵਾਰੀ ਸਰਪੰਚ ਬਣਿਆ ਵਾਂ ਨਾਲ ਹੀ ਸਾਡਾ ਵੀ ਸਹਿਯੋਗ ਆ ਜੀ ਇੱਥੇ ਪੂਰਾ ਨਾਲ ਦਿੰਦੇ ਆ ਜੀ ਸਹਿਯੋਗ ਪੂਰਾ ਕਿਹੜਾ ਵੀ ਕੋਈ ਤੇ ਲੋੜ ਨਾਲ ਖੜਦੇ ਹਾਂ ਹਾਂ ਨਾਲ ਖੜਦੇ ਹਾਂ ਜੀ ਕੋਈ ਵੀ ਜ਼ਰੂਰਤ ਆ ਜੀ ਕੋਈ ਅਸੀਂ ਲੱਗਦਾ ਕਿ ਇਹਨਾਂ ਨੂੰ ਹੋਰ ਵੀ ਲੋਕਾਂ ਦੀ ਸਹਾਇਤਾ ਦੀ ਲੋੜ ਹੈ ਹਾਂ ਸਹਾਇਤਾ ਦੀ ਪੂਰੀ ਲੋੜ ਆ ਜੀ ਕੀ ਕਹਿੰਦੇ ਆ ਕਿਉਂ ਬੱਚੇ ਆ ਵੱਧਦੇ ਜਾਂਦੇ ਆ ਹੋਰ ਵੀ ਕੀ ਕਹਿੰਦੇ ਆ ਇਹਨਾਂ ਨੂੰ ਕੋਈ NRI ਵੀਰ ਹੋਰ ਇਹਨਾਂ ਨੂੰ ਬਾਬਾ ਸੂਬਾ ਸਿੰਘ ਨੂੰ ਸਹਾਇਤਾ ਕਰਿਆ ਕਰਨ ਜੀ ਵੱਧ ਤੋਂ ਵੱਧ ਹਾਂਜੀ ਸਭ ਤੋਂ ਪਹਿਲਾਂ ਜਿੰਨੀਆਂ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਦੁਆਰਾ ਚੰਦੂਆਣਾ ਸਾਹਿਬ ਨਾਲ ਜੁੜੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਗ੍ਹਾ 'ਤੇ ਬਹੁਤ ਪੁਰਾਣੀ ਆ ਜੀ ਪਹਿਲਾਂ 6ਵੇਂ ਪਾਤਸ਼ਾਹ ਇੱਥੇ ਆਪਣੇ ਵਰ ਚਰਨ ਉਹਨਾਂ ਨੇ ਪਾਏ ਉਹਨਾਂ ਨੇ ਧਰਤੀ ਨੂੰ ਵਰ ਦਿੱਤਾ ਸੀ ਉੱਥੇ 24 ਘੰਟੇ ਜਾਪ ਹੋਇਆ ਕਰਨਗੇ ਸੋ ਪਹਿਲਾਂ ਨਿਰਮਲੇ ਸਾਧੂ ਆਪਣੇ ਮੁਤਾਬਕ ਇੱਥੇ ਭਗਤੀ ਕਰਦੇ ਰਹੇ ਸਨ 2000 ਤੋਂ ਬਾਬਾ ਸੂਬਾ ਸਿੰਘ ਜੀ ਇਸ ਧਰਤੀ 'ਤੇ ਇਹਨਾਂ ਸਾਰੇ ਨਗਰਾਂ ਦੀਆਂ ਪੰਚਾਇਤਾਂ ਨੇ ਜਾ ਕੇ ਲੈ ਕੇ ਆਉਂਦੇ ਅਤੇ ਇਹ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਗਿਆ ਉਦੋਂ ਤੋਂ ਇੱਥੇ ਹੌਲੀ ਹੌਲੀ ਬਹੁਤ ਮਹਾਨ ਸੇਵਾ ਚੱਲਦੀ ਹੈ ਇੱਥੇ ਉਹ ਬੱਚੇ ਜਿਹੜੇ ਮਾਂ ਬਾਪ ਵੀ ਜਿਹਨਾਂ ਨੂੰ ਛੱਡ ਜਾਂਦੇ ਨੇ ਲਵਾਰਸ ਨੇ ਜਾਂ ਕੋਈ ਨੇਤਰਹੀਣ ਬੱਚੇ ਮੰਦਬੁੱਧੀ ਬੱਚੇ
ਅੰਗਹੀਣ ਬੱਚੇ ਇੱਥੇ ਬੇਅੰਤ ਪੜ੍ਹਦੇ ਨੇ ਜੀ। ਜਿਹੜੇ ਬੱਚੇ ਕਾਬਲ ਉਹਨਾਂ ਨੂੰ ਸਕੂਲਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ, ਅਤੇ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਨ ਵਾਲੇ ਨਹੀਂ ਉਹਨਾਂ ਨੂੰ ਇੱਥੇ ਧਾਰਮਿਕ ਵਿੱਦਿਆ ਟੀਚਰ ਰੱਖ ਕੇ ਜਿਵੇਂ ਤਬਲਾ ਵਜਾਉਣਾ, ਕੀਰਤਨ, ਗੁਰਬਾਣੀ ਦੀ ਸੰਥਿਆ ਦੇਣੀ, ਹਰ ਤਰ੍ਹਾਂ ਦੀ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਹੈ। ਵਧੀਆ ਇੱਥੇ ਪਾਲਣ ਪੋਸ਼ਣ ਕੀਤਾ ਜਾਂਦਾ ਅਤੇ ਲੋਕਾਂ ਦਾ ਕਾਫੀ ਸੰਗਤ ਦਾ ਬਹੁਤ ਸਹਿਯੋਗ ਆ ਇਲਾਕੇ ਦੇ, ਜਿਵੇਂ ਸ਼ਹਿਰਾਂ 'ਚੋਂ ਆ ਕੇ ਵੀ ਲੋਕ ਇੱਥੇ ਆਪਣੇ ਬੱਚਿਆਂ ਦੇ ਜਾਂਦੇ ਨੇ, ਇਹਨਾਂ ਬੱਚਿਆਂ ਦੇ ਨਾਲ ਸਾਂਝੇ ਕਰਦੇ ਨੇ, ਆ ਕੇ ਹਲਵਾਈ ਲੈ ਕੇ ਆਉਂਦੇ ਇੱਥੇ, ਇਹਨਾਂ ਦੇ ਕਹੇ ਮੁਤਾਬਕ ਖਾਣੇ ਬਣਾਉਂਦੇ ਨੇ। ਸੋ ਹੋਰ ਵੀ ਲੋੜ ਆ ਜੇ ਹੋਰ ਸੰਗਤਾਂ ਦੇ ਨਾਲ ਵੱਧ ਤੋਂ ਵੱਧ ਜੁੜਨ, ਤਾਂ ਕਿ ਕਿਉਂਕਿ ਪਰਿਵਾਰ ਕਾਫੀ ਵੱਡਾ ਹੋ ਗਿਆ ਜੀ, ਇਸ ਜਗ੍ਹਾ ਦੀ ਕਾਫੀ ਪ੍ਰਚਾਰ ਹੋਣੇ, ਨੈੱਟ ਰਾਹੀਂ ਵਹਿਮਾ ਹੋਣੇ, ਕਾਫੀ ਲੋਕ ਇੱਥੇ ਆਉਂਦੇ ਆ, ਕਈਆਂ ਨੂੰ ਫਿਰ ਨਿਰਾਸ਼ ਮੁੜਨਾ ਪੈਂਦਾ, ਉਨਾ ਪ੍ਰਬੰਧ ਨਹੀਂ ਗਾ, ਉਨੇ ਪੈਸੇ ਨਹੀਂ ਜਿੰਨਾ ਇੱਥੇ ਮਤਲਬ ਬੱਚੇ ਨੇ। ਹੋਰ ਸੰਗਤਾਂ ਜੁੜਨ, ਹੋਰ ਸਹਿਯੋਗ, ਤਾਂ ਅਤੇ ਇੱਥੇ ਬਹੁਤ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਜਾਵੇ, ਸਾਰੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕੀਤਾ ਜਾਵੇ। ਲੱਗਦਾ ਬੱਚੇ ਆਉਂਦੇ ਨੇ ਚਾਹੇ ਉਹ ਕਿਹੋ ਜਿਹੇ ਹਾਲਾਤਾਂ 'ਚ ਹੁੰਦੇ, ਪਰ ਇੱਥੇ ਗੁਰੂ ਬਾਣੀ ਗੁਰਬਾਣੀ ਨਾਲ ਜਾਂ ਗੁਰੂ ਦੀ ਜਿਹੜੀ ਸਿੱਖਿਆਵਾਂ ਨਾਲ ਸਿਖਾਇਆ ਨਾਲ ਜੋੜਿਆ ਜਾਂਦਾ। ਹਾਂਜੀ, ਬੇਅੰਤ ਜਦੋਂ ਬੱਚੇ ਆਉਂਦੇ ਆ, ਬੜੇ ਨਿਰਾਸ਼ਾ 'ਚ ਆਉਂਦੇ ਨੇ, ਕਈਆਂ ਥਾਵਾਂ ਤੋਂ ਵਿਚਾਰੇ ਧੱਕੇ ਧੁੱਕੇ ਖਾ ਕੇ ਆਉਂਦੇ ਨੇ, ਕਿਤੇ ਪ੍ਰਸ਼ਾਦਾ ਨਾ ਮਿਲਿਆ, ਕਿਤੇ ਕਿਵੇਂ, ਪਰ ਜਦੋਂ ਇੱਥੇ ਆਉਂਦੇ ਇੱਥੇ ਸਾਰੇ ਬੱਚਿਆਂ ਨੂੰ ਬਰਾਬਰ ਸਨਮਾਨ ਦਿੱਤਾ ਜਾਂਦਾ। ਬਾਬਾ ਸੂਬਾ ਸਿੰਘ ਜੀ ਬਹੁਤ ਪਿਆਰ ਕਰਦੇ ਨੇ ਜੀ ਬੱਚਿਆਂ ਨੂੰ, ਦੱਸਣ ਤੋਂ ਬਾਹਰ ਇਹਨਾਂ ਦੇ ਉੱਤੇ ਲੜਦੇ ਰਹਿੰਦੇ ਨੇ ਲਿਬੜੇ ਤਿਬੜੇ ਬੱਚੇ, ਕਦੇ ਵੀ ਇਹ ਉਹਨਾਂ ਨੂੰ ਘੂਰਦੇ ਨੇਗੇ। ਸੋ ਹਰ ਇੱਕ ਬੱਚੇ ਨੂੰ ਜਿਵੇਂ ਵੀ ਪਿਆਰ ਨਾਲ ਸਿੱਖਦਾ ਉਵੇਂ ਸਿਖਾਉਂਦੇ ਨੇ। ਬਹੁਤ ਬੱਚੇ ਇੱਥੋਂ ਨੇਤਰਹੀਣ ਸਿੱਖ ਕੇ ਆਪਣੇ ਵਿੱਚ ਗੁਣ ਪਾ ਕੇ ਅੱਜ ਇੰਨੇ ਕਾਬਲ ਹੋ ਗਏ, ਆਪਣੇ ਮਾਂ ਬਾਪ ਜਿਹਨਾਂ 'ਤੇ ਉਹ ਬੋਝ ਸੀਗੇ, ਅੱਜ ਉਹਨਾਂ ਦਾ ਸਹਾਰਾ ਬਣੇ ਹੋਏ ਨੇ, ਚੰਗੇ ਚੰਗੇ ਗੁਰੂ ਘਰਾਂ 'ਚ ਵਧੀਆ ਉਹ ਆਪਣੀ ਕਿਰਤ ਕਰਦੇ ਨੇ, ਡਿਊਟੀਆਂ ਕਰਦੇ ਨੇ, ਨੌਕਰੀਆਂ ਕਰਦੇ ਨੇ ਜੀ। ਲੱਗਦਾ ਨਹੀਂ ਕਿ ਬਹੁਤ ਇਹੋ ਜਿਹੇ ਮਾਂ ਪਿਓ ਵੀ ਹੁੰਦੇ ਚੰਗੇ ਭਲੇ ਹੁੰਦੇ, ਅੱਜ ਬੱਚੇ ਨੂੰ ਛੱਡ ਦਿੰਦੇ ਨੇ, ਪਰ ਇਹ ਫਿਰ ਵੀ ਸਾਂਭਦੇ ਨੇ ਕਿ ਉਹ ਮਾਂ ਪਿਓ ਨੂੰ ਵੀ ਇਹੋ ਜਿਹਾ ਮਤਲਬ ਕਿ ਸਾਥ ਦੇਣਾ ਚਾਹੀਦਾ। ਹਾਂ ਬਿਲਕੁਲ ਜੀ, ਬਹੁਤ ਮਾਂ ਬਾਪ ਇਹੋ ਜਿਹੇ ਹੈਗੇ ਨੇ ਆਪਣੀ ਇਸ ਇਸ਼ਤ ਦੀ ਖਾਤਰ ਲਾਪਰਵਾਹੀ ਕਰਦੇ ਨੇ, ਆਪਣੇ ਫਰਜ਼ਾਂ ਤੋਂ ਭੱਜਦੇ ਨੇ, ਆਪਣੇ ਬੱਚੇ ਛੱਡ ਕੇ ਭੱਜ ਜਾਂਦੇ ਨੇ, ਪਰ ਇਹ ਗੁਰੂ ਘਰ ਨੇ ਆਸਰਿਆਂ ਦਾ ਆਸਰਾ ਜੀ, ਇੱਥੇ ਹਰ ਇੱਕ ਬੱਚੇ ਨੂੰ ਗਲ ਲਾਇਆ ਜਾਂਦਾ, ਖਾਸ ਕਰਕੇ ਬੱਚਾ ਤਾਂ ਭਾਵੇਂ ਕੋਈ ਵੀ ਆ ਜੇ, ਭਾਵੇਂ ਉਹ ਨੇਤਰਹੀਣ ਹੈ, ਭਾਵੇਂ ਉਹ ਲਵਾਰਸ ਹੈ, ਅਤੇ ਭਾਵੇਂ ਉਹ ਮੰਦ ਬੁੱਧੀ ਆ, ਹਰ ਇੱਕ ਨੂੰ ਗਲ ਲਾਇਆ ਜਾਂਦਾ, ਪੂਰਾ ਵਧੀਆ ਮਾਣ ਸਨਮਾਨ ਦਿੱਤਾ, ਵਧੀਆ ਚੰਗੇ ਖਾਣ ਲਈ ਪਦਾਰਥ ਦਿੱਤੇ ਜਾਂਦੇ ਆ, ਪਹਿਨਣ ਲਈ ਵਧੀਆ ਸੋਹਣੇ ਕੱਪੜੇ ਦਿੱਤੇ ਜਾਂਦੇ ਨੇ, ਅਤੇ ਉਹਨਾਂ ਨੂੰ ਗੁਣ ਵੀ ਦਿੱਤਾ ਜਾਂਦਾ। 24 ਘੰਟੇ ਇੱਥੇ ਗੁਰਬਾਣੀ ਦੇ ਜਾਪ ਚੱਲਦੇ ਜੀ, ਜਿਵੇਂ ਮੂਲ ਮੰਤਰ ਦੇ ਜਾਪ ਬੱਚੇ ਵਾਰੀ ਵਾਰੀ ਕਰਦੇ, ਉਹਨਾਂ ਨੂੰ ਵੀ ਉਜਰਤਾਂ ਦਿੱਤੀਆਂ ਜਾਂਦੀਆਂ ਨੇ, ਤਨਖਾਹਾਂ ਦਿੱਤੀਆਂ ਜਾਂਦੀਆਂ, ਫ੍ਰੀ ਵਿੱਚ ਨਹੀਂ ਕਰਾਇਆ ਜਾਂਦਾ। ਤੁਸੀਂ ਵੀ ਆਪਦੇ ਪਰਿਵਾਰ ਨਾਲ ਕੋਈ ਘਰ ਦੀ ਖੁਸ਼ੀ ਹੁੰਦੀ ਇੱਥੇ ਨਾਲ ਲਿਆ ਕੇ ਇੱਥੇ ਬੱਚਿਆਂ ਵਿੱਚ? ਹਾਂਜੀ, ਬਹੁਤ ਵਾਰੀ ਅਸੀਂ ਆਪਣੇ ਮੇਰੇ ਭਤੀਜੇ UK 'ਚ ਨੇ, ਉਹਨਾਂ ਨੇ ਨਾਲ ਇੱਥੇ ਆ ਕੇ ਅਸੀਂ ਬੱਚਿਆਂ ਦੇ ਜਨਮਦਿਨ ਮਨਾਏ ਨੇ, ਆਪਣੇ ਬੱਚਿਆਂ ਦੇ ਵੀ ਜਨਮਦਿਨ ਇੱਥੇ ਮਨਾਏ ਨੇ ਜੀ, ਅਖੰਡ ਪਾਠ ਸਾਹਿਬ ਵੀ ਕਰਾਏ ਹੋਏ 2 ਵਾਰੀ ਜੀ, ਅਤੇ ਮਤਲਬ ਇੱਥੇ ਅਸੀਂ ਬਹੁਤ ਪੁਰਾਣੇ ਜੁੜੇ ਹੋਏ ਜੀ ਇਸ ਸੰਸਥਾ ਨਾਲ, ਸਾਡੇ ਪਰਿਵਾਰ ਵਾਂਗ ਹੀ ਅਸੀਂ ਰੋਜ਼ ਤਕਰੀਬਨ 2-4 ਦਿਨਾਂ ਬਾਅਦ ਗੇੜਾ ਮਾਰਦੇ ਰਹਿੰਦੇ ਹਾਂ ਜੀ ਇੱਥੇ, ਕੋਈ ਵੀ ਲੋੜ ਹੁੰਦੀ ਹੈ ਬਾਬਾ ਜੀ ਜਦੋਂ ਫੋਨ ਕਰਦੇ ਆ ਅਤੇ ਅਸੀਂ ਪਹੁੰਚਦੇ ਹਾਂ ਜੀ। 2017 'ਚ ਮੈਂ ਇੱਥੇ ਆਇਆ ਸੀਗਾ, ਉਸ ਤੋਂ ਉਪਰੰਤ ਮੈਂ 23 ਵਿਦਿਆਲਿਆ ਦੇ ਵਿੱਚ ਗਿਆ, ਮੈਨੂੰ ਨਹੀਂ ਚੰਗਾ ਲੱਗਾ, ਜੋ ਕਿ ਮੈਨੂੰ ਬਾਬਾ ਜੀ ਨਾਲ ਮਿਲ ਕੇ ਸਕੂਨ ਮਿਲਿਆ ਨੇਤਰਹੀਣਾਂ 'ਚ ਆ ਕੇ, ਜਾਂ ਮੈਂ 10th ਦੇ ਪੇਪਰ ਦਿੱਤੇ ਇੱਥੇ ਰਹਿ ਕੇ, ਬੜੇ ਪਿਆਰ ਸਤਿਕਾਰ ਨਾਲ ਜਾਣੀ ਕਿ ਵੀ ਜਿੰਨੇ ਵੀ ਕਰਮਚਾਰੀ ਨੇ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਗਾਈਡ ਕਰਦੇ ਨੇ, ਬੜੇ ਵਧੀਆ ਤਰੀਕੇ ਦੇ ਅੱਛੇ ਟੀਚਰ ਨੇ, ਟੀਚਰ ਸਾਹਿਬਾਨ ਵੀ ਸਾਨੂੰ ਬੜੇ ਤਰੀਕੇ ਦੇ ਨਾਲ ਗਾਈਡਨੈਂਸ ਦਿੰਦੇ ਨੇ, ਜੋ ਕਿ ਅਸੀਂ ਉਸ ਗਾਈਡਨੈਂਸ ਦੇ ਰਾਹੀਂ ਸਕਸੈਸਫੁੱਲ ਹੋ ਪਾਉਂਦੇ। ਸੋ ਇਹ ਵਿਦਿਆਲੇ ਦੇ ਨਾਲ ਅਸੀਂ ਬਹੁਤ ਤਰੱਕੀ ਅੱਗੇ ਤੋਂ ਅੱਗੇ ਕਰ ਰਹੇ ਹਾਂ ਜੀ, ਅਤੇ ਇਹ ਵਿਦਿਆਲਾ ਸਾਨੂੰ ਤਰੱਕੀਆਂ 'ਤੇ ਪਹੁੰਚਾਉਂਦਾ ਹੈ, ਬੁਲੰਦੀਆਂ 'ਤੇ ਪਹੁੰਚਾਉਂਦਾ ਹੈ। ਮੈਂ ਜਦੋਂ ਦਾ ਆਇਆ ਮੈਂ ਇੱਥੋਂ ਹੀ ਆ ਕੇ ਗੱਲਬਾਤ ਕਰਨੀ ਸਿੱਖੀ ਹੈ, ਅਤੇ ਅੱਗੇ ਮੈਂ 12ਵੀਂ ਦੇ ਪੇਪਰ ਵੀ ਭਰੇ ਹੋਏ ਆ ਅਤੇ ਇੱਥੋਂ ਹੀ ਦੇ ਰਿਹਾ। ਬਾਬਾ ਜੀ ਦਾ ਸੰਯੋਗ ਜੀ ਸਾਡੇ ਪਿੱਛੇ, ਇਸ ਦੇ ਪੜ੍ਹਾਉਣ ਦੇ ਪਿੱਛੇ ਬਹੁਤ ਵੱਡਾ ਸੰਯੋਗ ਆ, ਜੋ ਕਿ ਮੇਰੇ ਕੋਲ ਕੋਈ ਵਿਚਾਰ ਹੀ ਹੈ ਨਹੀਂ।
ਉਸ ਗੱਲ ਕਹਿਣ ਵਾਸਤੇ। ਹੋਰ ਜੀ ਮੈਂ ਇੱਥੇ ਮੂਲ ਮੰਤਰ ਦੀਆਂ ਸੇਵਾਵਾਂ ਵੀ ਕਰਦਾ ਵਾਂ, ਜੋ ਕਿ ਬਾਬਾ ਜੀ ਮੈਨੂੰ ਮੇਰਾ ਜੇਬ ਖਰਚਾ ਵੀ ਦਿੰਦੇ ਨੇ ਬਹੁਤ, ਯਾਨੀ ਕਿ ਵੀ ਮੈਂ ਇੱਥੇ ਕੀਰਤਨ ਵੀ ਸਿੱਖਦਾ, ਤਬਲਾ ਵੀ ਸਿੱਖ ਲਈਦਾ, ਨਾਲੋਂ ਨਾਲ ਬਰੇਲ ਦੀ ਕਲਾਸ ਵੀ ਲਾਈਦੀ। ਅੱਗੇ ਕੀ ਜ਼ਿੰਦਗੀ 'ਚ ਕਰਨ ਦਾ ਸੋਚਿਆ, ਕੀ ਬਣਨਾ? ਜ਼ਿੰਦਗੀ ਜੀ ਸੋਚਿਆ ਵੀ ਇੱਕ ਜੇ ਪਰਮਾਤਮਾ ਕੋਈ ਰੁਜ਼ਗਾਰ ਦਿੰਦਾ ਆ ਵੀ ਆਪਾਂ ਵੀ ਐਵੇਂ ਦਾ ਗੁਰਦੁਆਰਾ ਬਣਾਈਏ ਜੀ। ਉਹਦੇ ਵਿੱਚ ਕੋਈ ਆਪਦਾ ਨਾਂ ਨਹੀਂ, ਕੋਈ ਪਰਮਾਤਮਾ ਦਾ ਨਾਂ ਲਿਖਣਾ, ਕੁਛ ਨਹੀਂ ਆਪਦਾ ਨਾਂ ਲਿਖਣਾ। ਇਹੀ ਇੱਕ ਜ਼ਿੰਦਗੀ ਦਾ ਸੋਚਣਾ ਤਾਂ ਕਿ ਹੋਰ ਬੱਚਿਆਂ ਨੂੰ ਤੁਸੀਂ ਕਰ ਸਕੋ। ਹਾਂਜੀ, ਜਿੱਦਾਂ ਸਾਡਾ ਬਾਬਾ ਜੀ ਜਿੱਦਾਂ ਸਾਰਾ ਅਸਾਰਾ ਬਣਿਆ ਜੀ, ਉੱਦਾਂ ਵੀ ਯਾਨੀ ਕਿ ਵੀ ਅਸੀਂ ਕਿਸੇ ਦਾ ਸਾਰਾ ਬਣ ਸਕੀਏ ਅਤੇ ਆਪਣਾ ਨਾਂ ਵੀ ਬਣਾ ਸਕੀਏ। ਜਦੋਂ ਪਹਿਲਾਂ ਇੱਥੇ ਨਹੀਂ ਆਏ ਸੀ ਉਦੋਂ ਐਂ ਲੱਗਦਾ ਸੀਗਾ ਵੀ ਐਂ ਜ਼ਿੰਦਗੀ ਰਾਹ ਪੈ ਜੂਗੀ ਕਿਸੇ? ਨੋ ਜੀ, ਮੈਨੂੰ ਤਾਂ ਇੱਦਾਂ ਲੱਗਦਾ ਸੀ ਵੀ ਜਿੱਦਾਂ ਕਿ ਮੈਂ ਇੱਕ ਕੰਧ ਹਾਂ, ਵੀ ਜਿੱਦਾਂ ਇੱਕ ਦੀਵਾਰ ਖੜ੍ਹੀ ਆ, ਦੀਵਾਰ ਦੇ ਵਿੱਚ ਕੋਈ ਵੀ ਆ ਕੇ ਟਕਰਾ ਜਾਂਦਾ ਵੀ ਅਸੀਂ ਇੱਕ ਕੰਧਾਂ ਵਾਂ ਘਰ ਦੇ ਜਿੰਦੇ ਹਾਂ। ਪਰ ਜਦੋਂ ਮੈਂ ਸਾਡੇ ਬਲਾਇੰਡ ਪਰਸਨ ਦੇ ਵਿੱਚ ਆਇਆ, ਸਟੱਡੀ ਵਾਲੇ ਲੋਕਾਂ ਨੂੰ ਮਿਲਿਆ, ਗੱਲਬਾਤ ਹੋਈ, ਇੱਦਾਂ ਟੀਚਰ ਸਾਹਿਬਾਨ ਨੂੰ ਮਿਲਿਆ, ਮੈਨੂੰ ਯਾਨੀ ਕਿ ਇੱਕ ਅਲੱਗ ਜਿਹਾ ਫੀਲ ਹੋਇਆ, ਆਪਣੇ ਆਪ 'ਚ ਪੋਜ਼ਿਟਿਵ ਜਿਹਾ ਫੀਲ ਹੋਇਆ ਅਤੇ ਮੈਨੂੰ ਬਹੁਤ ਵਧੀਆ ਲੱਗਾ ਇਸ ਵਿਦਿਆਲੇ ਦੇ ਵਿੱਚ ਆ ਕੇ। ਬਹੁਤ ਵਧੀਆ ਕਰਮਚਾਰੀ ਨੇ, ਜਿੱਦਾਂ ਕਿ ਬੜੇ ਚੰਗੇ ਤਰੀਕੇ ਦੇ ਨਾਲ ਸਾਨੂੰ ਢੰਗ ਤਰੀਕੇ ਨਾਲ ਸੰਭਾਲ ਰਹੇ ਨੇ, ਕੱਪੜੇ ਤੋਂ ਲੈ ਕੇ ਦਸਤਾਰ ਤੱਕ ਔਰ ਪੈਰਾਂ ਦੇ ਪਹਿਨਣ ਤੱਕ, ਸਾਡਾ ਏ ਟੂ ਜ਼ੈਡ ਤੱਕ ਖਰਚਾ ਸਾਰੇ ਹੀ ਜਿੰਨੇ ਵੀ ਵਿਦਿਆਰਥੀ ਸਾਹਿਬਾਨ ਨੇ ਸਾਡੇ ਖਰਚਾ ਇਸ ਚੰਦੂਆਣਾ ਸਾਹਿਬ ਐਨ ਜੀ ਓ ਚੱਕ ਰਹੇ ਨੇ, ਔਰ ਬਾਬਾ ਜੀ ਔਰ ਸੰਗਤ ਦੇ ਸੰਯੋਗ ਨਾਲ ਇਸ ਨੂੰ ਵੱਧ ਤੋਂ ਵੱਧ ਸੰਯੋਗ ਕਰੋ ਇਸ ਐਨ ਜੀ ਓ ਨੂੰ। ਜਿੱਥੋਂ ਤੱਕ ਵੀ ਇਹ ਇੰਟਰਵਿਊ ਸਾਡੇ ਸਮਾਜ ਦੀ ਜਾਂ ਸਾਡੇ ਬੱਚਿਆਂ ਦੀ ਜਾਂ ਵਿਦਿਆਲੇ ਦੀ, ਇਸ ਨੂੰ ਵੱਧ ਤੋਂ ਵੱਧ ਸੰਗਤਾਂ ਦੇ ਵਿੱਚ ਸ਼ੇਅਰ ਕਰੋ, ਵੱਧ ਤੋਂ ਵੱਧ ਸੰਯੋਗ ਦਿਓ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਦਬੁੱਧੀ ਬੱਚੇ ਜਾਂ ਜਿਨ੍ਹਾਂ ਦੇ ਮਾਂ ਬਾਪ ਹੈ ਨਹੀਂ, ਉਹ ਬੱਚਿਆਂ ਨੂੰ ਯਾਨੀ ਕਿ ਵੀ ਇੱਕ ਪੜ੍ਹਾਈ ਦਾ, ਇੱਕ ਸਟੱਡੀ ਦਾ, ਵਿਦਿਆ ਦਾ ਇੱਕ ਵਿਦਿਆਲਾ ਬਣਿਆ ਰਹੇ। ਵਿਦਿਆਦਾਨ, ਇੱਕ ਗੁਰੂ ਘਰ ਇੱਕ ਵਿਦਿਆਦਾਨ, ਇਹ ਇੱਕ ਵਿਦਿਆਦਾਨ ਹੁੰਦੇ ਆ ਜਿਹੜੇ ਵਿਦਿਆਲੇ ਹੁੰਦੇ ਆ। ਮੇਰੀ ਬੁੱਧੀ ਅਨੁਸਾਰ ਇੰਨੀ ਕੁ ਗੱਲ ਕਹਿੰਦਾ ਮੈਂ ਖੇਮਾ ਦਾ ਜਾਜਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਸਵੀਰ ਸਿੰਘ, ਪਿੰਡ ਬੁੱਕਣ ਵਾਲਾ, ਬੁੱਕਣਾ ਰਹਿਣ ਵਾਲਾ। ਮੈਂ ਜੀ, ਮੇਰਾ ਦੋਹਤਾ ਆ ਜੀ, ਅਤੇ ਇਹਨੂੰ 2 ਸਾਲ ਹੋ ਗਏ ਛੱਡੇ ਨੂੰ ਇੱਥੇ। 2 ਸਾਲਾਂ ਚੱਕਰ ਮੈਂ ਛੁੱਟੀ ਕਰਾ ਕੇ ਗਿਆ ਜੀ, ਅਤੇ ਬਹੁਤ ਵਧੀਆ ਪੜ੍ਹਾਉਂਦਾ ਆ, ਘਰ ਗਾਲੀ ਗਲੋਜ ਹੀ ਕਰਦਾ ਸੀ, ਅਤੇ ਹੁਣ ਇੱਥੇ ਪੜ੍ਹਦਾ, ਤਬਲਾ ਸਿੱਖਿਆ ਅਤੇ ਪੜ੍ਹਾਈ ਵੀ ਕਰੀ ਜਾਂਦਾ, ਪਾਠ ਦੀ ਸੰਤਿਆ ਵੀ ਕਰਦਾ ਜੀ। ਕਿਵੇਂ ਪਤਾ ਲੱਗਿਆ ਤੁਹਾਨੂੰ ਇਸ ਆਸ਼ਰਮ ਦਾ ਅਤੇ ਕਿਵੇਂ ਕਿੰਨੇ ਚਿਰ ਤੋਂ ਇੱਥੇ ਛੱਡ ਕੇ ਗਿਆ? ਸਾਡੇ ਮੋਗੇ ਇੱਕ ਗ੍ਰੰਥੀ ਸੀਗਾ ਜੀ, ਗੁਰਦੀਪ ਸਿੰਘ, ਉਹਨੇ ਮੈਨੂੰ ਦੱਸਿਆ ਜੀ, ਕਹਿੰਦਾ ਵੀ ਭਾਈ ਤੂੰ ਉੱਥੇ ਚੰਡੂਆਣਾ ਸਾਹਿਬ ਲੈ ਕੇ ਜਾਓ, ਉੱਥੇ ਜੀ ਪੜ੍ਹਾਈ ਕਰਾਓ, ਇਹਨੂੰ ਐਂ ਨਾ ਛੱਡੋ, ਇਹ ਕਿਸੇ ਕੰਮ ਦਾ ਨਹੀਂ ਰਹਿਣਾ, ਘਰ ਬੈਠਾ। 2 ਸਾਲ ਹੋ ਗਏ ਇਹਨੂੰ ਛੱਡ ਕੇ ਗਿਆ ਨੂੰ, ਅਤੇ ਉਹ ਮੁੰਡਾ ਇਹ ਬਹੁਤ ਵਧੀਆ ਪੜ੍ਹਨ ਲੱਗ ਪਿਆ ਜੀ। ਕੀ ਦਿੱਕਤ ਸੀ ਇਹਨੂੰ? ਇਹਨੂੰ ਅੱਖਾਂ ਤੋਂ ਬਲੈਂਡ ਆ ਜੀ, ਦਿਸਦਾ ਨਹੀਂ, ਅਤੇ ਇਹਦਾ ਪਿਤਾ ਪੂਰਾ ਹੋ ਗਿਆ, ਦਾਦਾ ਜੀ ਇਹਦੇ ਕੁਛ ਨਹੀਂ ਦਿੰਦੇ ਸੀ, ਇਹਨੂੰ ਫਿਰ ਮੈਂ ਇੱਥੇ ਛੱਡਿਆ ਜੀ। ਕਿਸ ਤਰ੍ਹਾਂ ਦੇ ਇੱਥੇ ਆਸ਼ਰਮ 'ਚ ਸਮਾਵਾਂ ਨੇ, ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ? ਇੱਥੇ ਮਾਹੌਲ ਬਹੁਤ ਵਧੀਆ ਜੀ, ਆਸ਼ਰਮ 'ਚ, ਆਸ਼ਰਮ 'ਚ ਬਹੁਤ ਵਧੀਆ ਚੀਜ਼ ਹੈ ਜੀ, ਅਤੇ ਬਾਬਾ ਜੀ ਇਹਨੂੰ ਪੜ੍ਹਾਉਂਦੇ ਆ, ਹੁਣ ਇਹ ਇੱਥੇ ਜੀ ਲਾਈ ਬੈਠਾ, ਮੇਰੇ ਨਾਲ ਜਾਣ ਨੂੰ ਵੀ ਤਿਆਰ ਨਹੀਂ ਜੀ, ਇਹਨਾਂ ਮੈਨੂੰ ਛੁੱਟੀ ਕਟਾ ਕੇ ਫਿਰ ਛੇੜੀ ਛੱਡ ਕੇ ਜਾਓ ਇੱਥੇ।
ਹੋਰ ਵੀ ਬੱਚੇ ਇੱਥੇ ਕਿਸ ਤਰ੍ਹਾਂ ਦੇ ਬੱਚੇ ਹੁੰਦੇ? ਇੱਥੇ ਹੈਗੇ 40-50 ਬੱਚੇ ਆ ਜੀ। ਉਹ ਵੀ ਕਿਸ ਤਰ੍ਹਾਂ ਦੇ? ਵਿੱਚੋਂ ਮੰਡ ਭਾਗੇ ਵੀ ਆ ਅੱਖਾਂ ਤੋਂ, ਦੂਜੇ ਵੀ ਆ ਜੀ, ਨੰਗੇ ਡੋਲੇ ਵੀ ਆ ਜੀ। ਕੀ ਕਹਿਣਾ ਚਾਹੁੰਗੇ ਜਿਵੇਂ ਇਸ ਤਰ੍ਹਾਂ ਇੱਥੇ ਬੱਚਿਆਂ ਨੂੰ ਪਾਲਿਆ ਜਾਂਦਾ ਅਤੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਲਿਖਾਇਆ ਜਾਂਦਾ? ਇੱਥੇ ਜੀ ਬਹੁਤ ਵਧੀਆ ਪੜ੍ਹਾਉਂਦੇ ਆ ਅਤੇ ਸਾਂਭ ਸੰਭਾਲ ਪੂਰੀ ਕਰਦੇ ਇਹਨਾਂ ਦੀ, ਦੇਖ ਰੇਖ ਪੂਰੀ ਰੱਖਦੇ ਆ ਜੀ। ਸੇਵਾ ਭੇਜੋ, ਜਿਵੇਂ ਸਾਡੇ ਦੋਹਤੇ ਨੇ ਇੱਥੇ ਪੜ੍ਹਾਈ ਕੀਤੀ ਹੈ ਅਤੇ ਇੱਥੇ ਜ਼ਰੂਰ ਸੇਵਾ ਭੇਜਣੀ ਚਾਹੀਦੀ। ਬਹੁਤ ਵਧੀਆ ਗੁਰਦੁਆਰਾ ਸਾਹਿਬ ਅਤੇ ਪ੍ਰਬੰਧਕ ਕਮੇਟੀ ਹੈ, ਸਾਰਾ ਕੁਝ ਬਣਿਆ ਹੋਇਆ ਇੱਥੇ। ਇੱਥੇ ਜੀ ਜੋ ਵੀ ਆਉਂਦਾ ਉਹ ਇੱਥੇ ਸੇਵਾ ਕਰੇ, ਸਾਰਾ ਕੁਝ ਇੱਥੇ ਬੱਚਿਆਂ ਨੂੰ ਮਿਲਦਾ, ਖਾਣ ਪੀਣ ਸਹੀ ਹੈ ਜੀ ਇਹਨਾਂ ਦਾ, ਇੱਥੇ ਇਹ ਸਾਂਭ ਸੰਭਾਲ ਬਹੁਤ ਕਰਦੇ ਬੱਚਿਆਂ ਜੀ।